ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਨੌਕਰੀ ਤੋਂ ਬਰਖਾਸਤ, ਦੋ ਥਾਣੇਦਾਰ ਤੇ ਵੱਲੋਂ ਨਾਮ ਪਤਾ ਬਦਲ ਕੇ ਪਾਸਪੋਰਟ ਬਣਾਉਣ ਦੀ ਕੋਸ਼ਿਸ਼, ਪਾਤੜਾ ਪੁਲਿਸ ਨੇ ਚਾਰ ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ। ਪੰਜਾਬ ਪੁਲਿਸ ਦੇ ਦੋ ਡਿਸਮਿਸ ਕੀਤੇ ਗਏ ਸਹਾਇਕ ਥਾਣੇਦਾਰਾਂ ਦੇ ਵੱਲੋਂ ਆਪਣਾ ਨਾਮ ਅਤੇ ਪਤਾ ਬਦਲ ਕੇ ਪਾਸਪੋਰਟ ਬਣਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਅਸਫਲ ਹੋ ਗਈ। ਪਾਤੜਾ ਸ਼ਹਿਰ ਦੇ ਐਡਰੈਸ ਉੱਤੇ ਪਿਓ ਪੁੱਤ ਦਾ ਰਿਸ਼ਤਾ ਬਣਾ ਕੇ ਰਹਿੰਦਿਆਂ ਪਾਸਪੋਰਟ ਬਣਾਉਣ ਦੇ ਮਾਮਲੇ ਦਾ ਪਰਦਾ ਫਾਸ਼ ਪਾਤੜਾ ਪੁਲਿਸ ਦੇ ਵੱਲੋਂ ਪਾਸਪੋਰਟ ਦੇ ਲਈ ਆਈ ਪੁਲਿਸ ਇਨਕੁਆਇਰੀ ਦੀ ਪਾਤੜਾ ਪੜਤਾਲ ਦੌਰਾਨ ਹੋਇਆ ਹੈ। ਪੁਲਿਸ ਨੇ ਇਹ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਉਕਤ ਦੋਵਾਂ ਪੁਲਿਸ ਮੁਲਾਜ਼ਮਾਂ ਸਮੇਤ ਪਾਸਪੋਰਟ ਦੇ ਲਈ ਤਸਦੀਕ ਕਰਨ ਵਾਲੇ ਦੋ ਗਵਾਹਾਂ ਨੂੰ ਨਾਮਜ਼ਦ ਕਰਦਿਆਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਿਸਮਿਸ ਕਰਮਚਾਰੀ ਸੀਗੇ ਰਾਜਪ੍ਰੀਤ ਤੇ ਜੋਗਿੰਦਰ ਸਿੰਘ, ਪਟਿਆਲੇ ਦੇ ਰਹਿਣ ਵਾਲੇ ਸੀ। ਇਹਨਾਂ ਦੇ ਖਿਲਾਫ਼ ਪਹਿਲਾਂ ਇੱਕ ਪਾਦਰੀ ਕਾਂਡ ਹੋਇਆ ਸੀ, ਖੰਨੇ ਤੋਂ ਲੈ ਕੇ ਆਏ ਸੀ ਪੈਸੇ ਸੀ ਉਹਦੇ ਵਿੱਚ। ਉਹਦੇ ਸੰਬੰਧ ਵਿੱਚ ਸਟੇਟ ਕ੍ਰਾਈਮ ਵੱਲੋਂ ਮੁਕੱਦਮਾ ਨੰਬਰ 1 ਦਾ ਰਜਿਸਟਰ ਕੀਤਾ ਹੋਇਆ, ਜੋ ਮੋਹਾਲੀ ਜਿਹੜਾ ਹੈ ਅੰਡਰ ਟ੍ਰਾਇਲ ਹੈ, ਅਦਾਲਤ ਦੇ ਵਿਚਾਰ ਅਧੀਨ ਹੈ। ਹੁਣ ਇਹਨਾਂ ਨੇ ਆਪਦਾ ਜਿਹੜਾ ਐਡਰੈਸ ਚੇਂਜ ਕਰਕੇ ਆਪਣੇ ਨਾਂ ਜਿਹੜਾ ਹੈ ਰਾਜਵੀਰ ਸਿੰਘ ਪੁੱਤਰ ਧਰਮਪਾਲ ਸਿੰਘ ਅਤੇ ਧਰਮਪਾਲ ਸਿੰਘ ਪੁੱਤਰ ਭਜਨ ਸਿੰਘ ਵਾਸੀਆਂ ਨੂੰ ਪਾਤੜਾ ਦਾ ਗਲਤ ਐਡਰੈਸ ਦੇ ਕੇ ਪਾਸਪੋਰਟ ਅਪਲਾਈ ਕੀਤੇ ਸੀਗੇ, ਅਤੇ ਜਿਹਦੀ ਵੈਰੀਫਿਕੇਸ਼ਨ ਦੌਰਾਨ ਸਾਡੇ ਜਿਹੜੇ ਸਾਂਝ ਕੇਂਦਰ ਦੇ ਕਰਮਚਾਰੀਆਂ ਨੇ ਬੜੀ ਮੁਸਤੈਦੀ ਦੇ ਨਾਲ ਜਿਹੜਾ ਚੈੱਕ ਕੀਤਾ ਅਤੇ ਅਸਲੀਅਤ ਸਾਹਮਣੇ ਆਉਣ 'ਤੇ ਅਸੀਂ ਇਹਦੀ ਰਿਪੋਰਟ ਜਿਹੜੀ ਮਾਨਯੋਗ SSP ਸਾਹਿਬ ਨੂੰ ਭੇਜੀ ਅਤੇ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੱਲਦਿਆਂ ਹੋਇਆਂ ਅਸੀਂ ਜਿਹੜਾ ਉਹਨਾਂ ਦੀ ਹਮਾਰੀ ਪਾਲਣਾ ਕਰਨਾ ਹੈ ਮੁਕੱਦਮਾ ਨੰਬਰ 408। ਇਹਦੇ ਵਿੱਚ ਜਿਹੜੇ ਗਵਾਹ ਸੀਗੇ, ਦੋ ਗਵਾਹ ਸੀਗੇ ਇੱਥੋਂ ਜੋ ਪਾਤੜਾ ਦੇ ਰਹਿਣ ਵਾਲੇ ਸੀਗੇ, ਉਹਨਾਂ ਦੇ ਖਿਲਾਫ਼ ਵੀ ਅਸੀਂ ਪਰਚਾ ਦਰਜ ਦੌਰਾਨੇ ਤਫਤੀਸ਼ ਜਿਹੋ ਜਿਹੀ ਸੂਰਤ ਹੋਊਗੀ ਵੈਸੀ ਕਾਰਵਾਈ ਅਮਲ ਵਿੱਚ ਜਾਂਦੀ ਜਾਊਗੀ ਅਤੇ ਰੇਡ ਕੀਤੇ ਜਾ ਰਹੇ। ਪਾਤੜਾ ਤੋਂ ਸਤਪਾਲ ਗਰਗ।